ਪੰਜਾਬ ਤੋਂ ਬੱਚੀ ਗੋਦ ਲੈ ਕੇ ਦਿੱਲੀ ਵੇਚ ਦਿੱਤੀ। ਪੁਲਿਸ ਨੇ ਬੱਚਾ ਤਸਕਰ ਗਰੋਹ ਕਾਬੂ ਕੀਤਾ ਹੈ। ਝੂਠ ਬੋਲ ਕੇ ਲੋਕਾਂ ਦੇ ਕੋਲੋਂ ਉਹਨਾਂ ਦੀਆਂ ਬੱਚੀਆਂ ਗੋਦ ਲੈਂਦੇ ਨੇ ਅਤੇ ਅੱਗੇ ਜਾ ਕੇ ਉਹਨਾਂ ਬੱਚੀਆਂ ਨੂੰ ਚੰਦ ਪੈਸਿਆਂ ਦੇ ਵਿੱਚ ਵੇਚ ਦਿੰਦਾ ਸੀ ਇਹ ਗਰੋਹ। ਤਾਂ ਹੁਣ ਪੁਲਿਸ ਨੇ ਇੱਕ ਮਾਨਵ ਤਸਕਰੀ ਸੰਬੰਧੀ ਗਰੋਹ ਨੂੰ ਕਾਬੂ ਕੀਤਾ ਹੈ। ਦੱਸ ਦਈਏ ਕਿ ਜਿਹੜੇ ਇਸ ਦੇ ਕੁਝ ਮੈਂਬਰ ਨੇ ਉਹ ਮੁਕਤਸਰ ਸਾਹਿਬ ਜ਼ਿਲ੍ਹੇ ਦੇ ਨਾਲ ਸੰਬੰਧਿਤ ਦੱਸੇ ਜਾ ਰਹੇ ਨੇ। ਉਹਨਾਂ ਨੇ ਗਿੱਦੜਬਾਹਾ ਦੇ ਇੱਕ ਪਰਿਵਾਰ ਜੋ ਕਿ ਕਾਫੀ ਗਰੀਬ ਪਰਿਵਾਰ ਹੈ, ਉਹਨਾਂ ਦੇ ਕੋਲ ਪਹਿਲਾਂ ਤੋਂ ਹੀ ਦੋ ਬੱਚੀਆਂ ਸੀ, ਤੀਸਰੀ ਬੱਚੀ ਪਾਲਣ ਦੇ ਲਈ ਉਹਨਾਂ ਕੋਲ ਪੈਸੇ ਨਹੀਂ ਸੀ, ਤਾਂ ਉਹਨਾਂ ਨੇ ਆਪਣੀ ਬੱਚੀ ਇਹ ਗਿੱਦੜਬਾਹਾ ਦੀ ਇੱਕ ਔਰਤ ਜਿਸਦਾ ਨਾਮ ਅਮਨ ਦੱਸਿਆ ਜਾ ਰਿਹਾ ਹੈ ਉਸ ਨੂੰ ਗੋਦ ਦੇ ਦਿੱਤੀਆਂ। ਪਰ ਉਸ ਔਰਤ ਨੇ ਦਿੱਲੀ ਜਾ ਕੇ ਉਸ ਬੱਚੀ ਦਾ ਸੌਦਾ ਕਰ ਲਿਆ ਅਤੇ ਉਸ ਬੱਚੀ ਨੂੰ ਵੇਚ ਦਿੱਤਾ। ਪਰ ਬੱਚੀ ਦੀ ਕਿਸਮਤ ਚੰਗੀ ਸੀ ਕਿ ਦਿੱਲੀ ਪੁਲਿਸ ਨੇ ਐਕਸ਼ਨ ਲਿਆ ਅਤੇ ਪੂਰੇ ਗਿਰੋਹ ਨੂੰ ਕਾਬੂ ਕਰ ਲਿਆ। ਦੱਸ ਦਈਏ ਕਿ ਇਸ ਗਿਰੋਹ ਦੇ ਵਿੱਚ ਪੰਜਾਬ ਦੀਆਂ 3 ਮਹਿਲਾਵਾਂ, 2 ਪੁਰਸ਼ ਸਮੇਤ 8 ਵਿਅਕਤੀ ਸ਼ਾਮਲ ਨੇ ਅਤੇ ਸਾਰਿਆਂ ਨੂੰ ਹੀ ਗ੍ਰਿਫਤਾਰ ਕਰ ਲਿਆ ਗਿਆ ਹੈ। ਸ਼੍ਰੀ ਮੁਕਤਸਰ ਸਾਹਿਬ ਦੇ ਨਾਲ ਸੰਬੰਧਿਤ ਇੱਕ ਔਰਤ ਜਿਸਨੇ ਬੱਚੀ ਨੂੰ ਗੋਦ ਲਿਆ ਸੀ ਅਤੇ ਅੱਗੇ ਉਸਨੇ ਬੱਚੀ ਨੂੰ ਵੇਚਣ ਦੇ ਵਿੱਚ ਡੀਲ ਵੀ ਕੀਤੀ ਅਤੇ ਹੁਣ ਬੱਚੀ ਨੂੰ ਦਿੱਲੀ ਪੁਲਿਸ ਨੇ ਰੈਸਕਿਊ ਕਰ ਲਿਆ ਹੈ। ਬੱਚੀ ਦਾ ਪਰਿਵਾਰ ਵੀ ਸਾਹਮਣੇ ਆਇਆ ਹੈ, ਮਾਂ ਦਾ ਰੋ ਰੋ ਕੇ ਬੁਰਾ ਹਾਲ ਹੈ ਕਿਉਂਕਿ ਉਹਨਾਂ ਦੇ ਕੋਲ ਪੈਸੇ ਨਹੀਂ ਸੀ ਬੱਚੀ ਨੂੰ ਪਾਲਣ ਦੇ ਲਈ। ਬੜੀ ਮਜਬੂਰੀ ਦੇ ਵਿੱਚ ਆ ਕੇ ਉਹਨਾਂ ਨੇ ਇਹ ਕਦਮ ਚੁੱਕਿਆ, ਆਪਣੀ ਬੱਚੀ ਨੂੰ ਗੋਦ ਕਿਸੇ ਨੂੰ ਦੇ ਦਿੱਤਾ ਕਿਉਂਕਿ ਸ਼ਰਾਰਤੀ ਮਹਿਲਾ ਦਾ ਇਹੀ ਕਹਿਣਾ ਸੀ ਕਿ ਉਸ ਨੂੰ ਬੱਚਾ ਨਹੀਂ ਹੁੰਦਾ, ਜਿਸ ਕਰਕੇ ਇਸ ਪਰਿਵਾਰ ਨੇ ਆਪਣੀ ਬੱਚੀ ਉਹਨਾਂ ਨੂੰ ਗੋਦ ਦੇ ਦਿੱਤੀ। ਪਰ ਉਸ ਗਿਰੋਹ ਦੇ ਮਨਸੂਬਿਆਂ ਤੋਂ ਇਹ ਪਰਿਵਾਰ ਅਣਜਾਣ ਸੀ। ਉਹਨਾਂ ਨੇ ਅੱਗੇ ਜਾ ਕੇ ਬੱਚੀ ਦਾ ਸੌਦਾ ਕਰ ਦਿੱਤਾ, ਪਰ ਬੱਚੀ ਦੀ ਕਿਸਮਤ ਚੰਗੀ ਸੀ ਅਤੇ ਪੁਲਿਸ ਨੇ ਉਸ ਨੂੰ ਰਿਕਵਰ ਵੀ ਕਰ ਲਿਆ ਹੈ। ਆਓ ਪਰਿਵਾਰ ਦਾ ਕੀ ਕਹਿਣਾ ਜਾਣਦੇ। ਮੇਰੇ ਮਿਸੀ ਕੋਲ ਗੁੜੀਆ ਹੋਈ ਹੈ 9 ਤਰੀਕ ਨੂੰ ਜੀ, ਇੱਥੇ ਕਲੀਨਿਕ ਆਪਣੇ ਲਾਗੇ, ਅਮਨਦੀਪ ਕੌਰ ਉਸਕਾ ਨਾਂ, ਉਹਦਾ ਨਾਮ ਆ ਜੀ, ਅਤੇ ਉਹਨੇ ਜੀ ਸਾਡੀ ਗੁੜੀਆ ਸਾਨੂੰ ਕਹਿੰਦੇ ਕਿ ਤੁਹਾਡੀ 3 ਗੁੜੀਆਂ ਹੋ ਗਈਆਂ, ਕਿ ਤੁਹਾਡੇ 2 ਤਾਂ ਹੈਗੀਆਂ, ਇੱਕ ਆਪਾਂ 3 ਗੋਦ ਦੇ ਦਈਏ ਜੀ। ਇਸ ਕਰਕੇ ਅਸੀਂ ਗੋਦ ਦੇਤੀ ਅਤੇ ਉਦੋਂ ਬਾਅਦ ਗੋਦ ਦਿੱਤੋਂ ਬਾਅਦ ਸਾਨੂੰ ਅਸੀਂ ਆਪਦਾ ਹੱਸਦੇ ਖੇਡਦੇ ਰਹੇ ਕਿ ਸਾਡੇ ਘਰ ਵਧੀਆ ਪਰਿਵਾਰ 'ਚ ਬੱਚਾ ਗਿਆ। ਅਤੇ ਜੀ ਉਦੋਂ ਬਾਅਦ ਸਾਨੂੰ ਉਦੋਂ ਪਤਾ ਲੱਗਿਆ ਵੀ ਸਾਡਾ ਬੱਚਾ ਵਿਕ ਚੁੱਕਿਆ, ਕਿ 24 ਤਰੀਕ ਨੂੰ ਜਦੋਂ ਸਾਡੇ ਘਰ ਪੁਲਿਸ ਆ ਗਈ। ਕਿੱਥੋਂ ਆਈ ਸੀ ਪੁਲਿਸ ਜੀ? ਪੁਲਿਸ ਦਿੱਲੀੋਂ ਆਈ ਸੀ ਜੀ। ਕੀ ਦੱਸਿਆ ਜੀ ਪੁਲਿਸ ਨੇ? ਪੁਲਿਸ ਨੇ ਬਸ ਇਹੀ ਦੱਸਿਆ ਜੀ ਕਿ ਤੁਸੀਂ ਆ ਬੱਚਾ ਗੋਦ ਦਿੱਤਾ, ਸਾਨੂੰ ਇਹੀ ਸਵਾਲ ਪੁੱਛਿਆ ਜੀ। ਹਾਂਜੀ, ਮੈਂ ਅਮਨਦੀਪ ਨੂੰ ਦਿੱਤਾ ਜੀ, ਡਾਕਟਰ ਹੈ ਜਿਹੜੀ, ਨਰਸ ਹੈ ਸਾਡੀ ਦਾਈ, ਕਿ ਉਹਨਾਂ ਨੇ ਸਾਨੂੰ ਪੁੱਛਿਆ ਘਰ ਬਾਰ ਉਹਦਾ ਕਿ ਕਿੱਥੇ ਅਸੀਂ ਐਡਰੈਸ ਦਿੱਤਾ, ਉਹਨਾਂ ਕੋਲ ਗਏ, ਉਹਨੂੰ ਚੱਕਿਆ ਗਿਆ, ਫਿਰ ਮੈਨੂੰ ਕਹਿੰਦੇ ਵੀ ਤੁਸੀਂ ਦਿੱਲੀ ਆਇਓ, ਕਿ ਤੁਹਾਡੇ 'ਤੇ ਤੁਹਾਡਾ DNA ਚੈੱਕ ਹੋਊਗਾ, ਤੁਹਾਡਾ ਬੱਚਾ ਤੁਸੀਂ ਪਛਾਣਿਓ, ਜੇ ਤੁਹਾਡਾ ਹੋਵੇ ਤਾਂ ਸੋਚੋ। ਗਏ ਤੁਸੀਂ ਦਿੱਲੀ? ਹਾਂਜੀ, ਕੱਲ੍ਹ ਮੈਂ ਦਿੱਲੀ ਜਾ ਕੇ ਆਇਆ ਜੀ, ਅਤੇ ਉੱਥੇ ਸਾਨੂੰ ਕਹਿੰਦੇ ਕਿ ਤੁਸੀਂ 5-4 ਦਿਨਾਂ ਤੱਕ ਫਿਰ ਆਇਓ, ਕਿ ਫਿਰ ਉਸ ਤੋਂ ਬਾਅਦ ਕਾਰਵਾਈ ਕਰਾਂਗੇ ਤੁਸੀਂ। ਸਾਡੇ ਬੱਚਾ ਹੋਇਆ ਸੀ, ਗੁੜੀਆ ਹੋਈ ਸੀਗੀ, ਅਸੀਂ ਗੁੜੀਆ, ਸਾਡੀ 3 ਗੁੜੀਆ ਹੋ ਗਈ ਸੀ, ਅਸੀਂ ਬੱਚਾ ਗੋਦ ਦਿੱਤਾ, ਸਾਨੂੰ ਨਹੀਂ ਪਤਾ ਜੀ ਅਮਨ ਨੇ ਕੀ ਕੀਤਾ ਸਾਡੇ ਨਾਲ, ਇਹਦਾ ਸਾਨੂੰ ਕੁਛ ਨਹੀਂ ਪਤਾ, ਸਾਨੂੰ ਅਸੀਂ ਬੱਚਾ ਗੋਦ ਕਹਿ ਕੇ ਸਾਡੇ ਤੋਂ ਲਿੱਤਾ ਗਿਆ, ਸਾਡੇ ਨਾਲ ਧੋਖਾ ਹੋਇਆ ਜੀ, ਸਾਨੂੰ ਬੱਚਾ ਸਾਡਾ ਦਿੱਤਾ ਜਾਵੇ, ਵਾਪਸੀ ਦਵਾਇਆ ਜਾਵੇ। ਤੁਹਾਨੂੰ ਕਿਵੇਂ ਪਤਾ ਲੱਗਿਆ ਜੀ ਤੁਹਾਡਾ ਬੱਚਾ ਵਿਕਿਆ, ਗੋਦ ਨਹੀਂ ਦਿੱਤਾ ਗਿਆ? ਸਾਡੇ ਕੋਲ ਦਿੱਲੀ ਪੁਲਿਸ ਆਈ ਸੀਗੀ, ਉੱਥੋਂ ਗਾਹਾਂ ਦੀ ਗਾਹਾਂ ਫੜੇ ਫੁੜੇ ਗਏ, ਸਾਨੂੰ ਨਹੀਂ ਕੁਛ ਪਤਾ
ਜਦੋਂ ਸਾਨੂੰ ਆ ਕੇ ਉਹਨੇ ਪੁੱਛਿਆ ਵੀ ਤੁਹਾਡਾ ਬੱਚਾ ਕਿੱਥੇ ਆ, ਅਸੀਂ ਕਿਹਾ ਸਾਡਾ ਬੱਚਾ ਅਸੀਂ ਗੋਦ ਦਿੱਤਾ। ਜਦੋਂ ਗਾਹੋਂ ਕਿਹਾ ਸਾਨੂੰ ਤੁਹਾਡੀ ਡਿਲੀਵਰੀ ਹੋਈ, ਮੈਂ ਕਿਹਾ ਹਾਂਜੀ ਅਸੀਂ ਮੇਰੀ 9 ਤਰੀਕ ਨੂੰ ਡਿਲੀਵਰੀ ਹੋਈ ਹੈ ਜੀ, 10 ਨੂੰ ਅਸੀਂ ਬੱਚਾ ਸ਼ਾਮ ਨੂੰ 7:30 ਬੱਚਾ ਦੇ ਦਿੱਤਾ। ਸਾਨੂੰ ਨਹੀਂ ਜਦੋਂ ਉਹ 'ਚ ਪਤਾ ਵੀ ਬੱਚਾ ਲੈ ਗਏ। ਫਿਰ ਜੀ ਇੱਕ ਵਾਰ ਨੂੰ ਕਿ ਹੱਥ ਹੋਣ ਕਿ ਹੋਰ ਬੇਇੱਜ਼ਤੀ ਬੇਨਤੀ ਕਰਦੀ, ਮੈਂ ਰੋਣੋਂ ਨਹੀਂ ਹਟੀ ਜੋ ਮੇਰੇ ਬੀਬੀ ਵਾਧਾ ਕਰਕੇ। ਅਸੀਂ ਇਹਨਾਂ ਨੂੰ ਇਹ ਗੱਲ ਕਹੀ ਵੀ ਮੈਡਮ ਸਾਨੂੰ ਬੱਚਾ ਦਿਖਾ ਦਿਉ, ਸਾਨੂੰ ਫੋਟੋਆਂ ਮੰਗਵਾ ਦਿਉ। ਇਹਨਾਂ ਨੇ ਸਾਨੂੰ ਕਿਹਾ ਵੀ ਜਦੋਂ ਤੁਸੀਂ ਬੱਚਾ ਗੋਦ ਹੀ ਦੇਤਾ ਵੀ ਤੁਸੀਂ ਦਿਲ ਰੱਖੋ, ਕੋਈ ਗੱਲ ਨਹੀਂ ਠੀਕ ਹੈ ਜੀ। ਉਦੋਂ ਬਾਅਦ 'ਚੋਂ ਇਹਨਾਂ ਨੇ ਸਾਨੂੰ ਕਿਹਾ ਜਿਹੜੀ ਸਾਨੂੰ ਫੋਟੋਆਂ ਭੇਜੀਆਂ ਵੀ ਆਹ ਲਾਸਟ ਫੋਟੋ ਆ, ਲਾਸਟ ਵੀਡੀਓ ਹੋਗੀ ਠੀਕ ਹੈ। ਇਦੋਂ ਬਾਅਦ 'ਚੋਂ ਵੀ 1-2 ਸਾਲ ਬਾਅਦ ਤੁਹਾਨੂੰ ਬੱਚਾ ਦਿਖਾਇਆ ਜਾਊਗਾ। ਸਾਨੂੰ ਨਹੀਂ ਪਤਾ ਸੀ ਵੀ ਸਾਡੀ, ਮੈਂ 9 ਮਹੀਨੇ ਆਪਦੇ ਢਿੱਡ 'ਚ ਰੱਖ ਕੇ ਸਾਡੇ ਨਾਲ ਇਹਨਾਂ ਨੇ ਐਂ ਕੀਤਾ। ਜੇ ਸਾਨੂੰ ਐਂ ਪਤਾ ਹੁੰਦਾ ਅਸੀਂ ਘਰੇ ਰੱਖ ਲੈਂਦੇ ਸੀ, ਜਿੱਥੇ ਮੇਰੀਆਂ 2 ਪਾਲਦੀਆਂ ਹੋਰ ਉਹਨਾਂ ਨੂੰ ਵੀ ਅਸੀਂ ਪਾਲ ਲੈਂਦੇ। ਸਾਨੂੰ ਕਿਹੜਾ ਅਸੀਂ ਮਾਰੀ ਸੀ ਜਾਂ ਸਿੱਟੀ, ਅਸੀਂ ਤਾਂ ਬੱਚਾ ਗੋਦ ਦਿੱਤਾ ਗਿਆ। ਸਾਨੂੰ ਨਹੀਂ ਪਤਾ ਵੀ ਸਾਡੇ ਖਿਲਾਫ਼ ਅਮਨ ਨੇ ਕੀ ਕੀਤਾ, ਸਾਡੇ ਬੱਚੇ ਨਾਲ ਕੀ ਕੀਤਾ। ਹੁਣ ਤੁਹਾਨੂੰ ਬੱਚਾ ਮਿਲ ਗਿਆ ਜੀ? ਨਹੀਂ ਜੀ, ਸਾਨੂੰ ਆਤਮਾ ਨੇ ਕਿ ਬੇਹ ਤੇ ਸਾਡਾ ਬੱਚਾ ਸਾਨੂੰ ਦਵਾਇਆ ਜਾਵੇ, ਦਿੱਤਾ ਜਾਵੇ। ਹਾਂਜੀ, ਕੀ ਨਾਮ ਆ ਜੀ, ਕੀ ਘਟਨਾ ਹੋਈ ਹੈ ਜੀ ਬੱਚੇ ਨੂੰ ਲੈ ਕੇ? ਮੇਰਾ ਨਾਮ ਮੀਤਾ ਜੀ, ਔਰ 9 ਤਰੀਕ ਨੂੰ 9 ਫਰਵਰੀ ਨੂੰ ਮੇਰੀ ਭਰਜਾਈ ਛੋਟੀ ਦੇ ਬਿੰਦਰਪਾਲ ਕੌਰ ਬਿੰਦੂ ਦੇ ਡਿਲੀਵਰੀ ਹੋਈ ਸੀ, ਜੋ ਕਿ 3ਜੀ ਬੇਟੀ ਸੀਗੀ। ਪਹਿਲਾਂ ਵੀ ਇਹਨਾਂ ਦੇ 2 ਕੁੜੀਆਂ ਸੀ ਜੀ, ਇਹਨਾਂ ਦੀ ਆਰਥਿਕ ਤੰਗੀ ਕਰਕੇ ਇਹ 3ਜੀ ਬੇਟੀ ਨਹੀਂ ਸੀ ਪਾਲ ਸਕਦੇ, ਔਰ ਇਹਨਾਂ ਨੇ ਵੀ ਅਮਨ ਦੇ ਥਰੂ ਬੱਚਾ ਗੋਦ ਪਾਇਆ ਜੀ 10 ਤਰੀਕ ਨੂੰ ਰਾਤ ਨੂੰ ਠੀਕ ਹੈ ਜੀ। ਬਾਕੀ ਸਾਨੂੰ ਨਹੀਂ ਸੀ ਪਤਾ ਵੀ ਇਹ ਜਿਹੜੀ ਅਮਨ ਹੈਗੀ ਵੀ ਇੰਨਾ ਘਟਿਆ ਸਟੈਪ ਚੱਕੂਗੀ, ਉਸ ਬੱਚੇ ਨੂੰ ਅੱਗੇ ਵੇਚ ਦੂਗੀ। ਸਾਨੂੰ ਇਸ ਬਾਰੇ ਕੋਈ ਪਤਾ ਨਹੀਂ ਜੀ ਵੀ ਅਸੀਂ ਤਾਂ ਇਹਨਾਂ ਨੇ ਤਾਂ ਬਿੰਦੂ ਨੇ ਔਰ ਮੇਰੇ ਬ੍ਰਦਰ ਹੈਪੀ ਨੇ ਇਹਨੂੰ ਗੋਦ ਪਾਇਆ ਸੀਗਾ, ਬਸ ਇੰਨੀ ਗੱਲ ਜਾਣਦੇ ਹਾਂ।